ਮੇਰਾ ਨਾਮ ਭਾਈ ਸੀਮਾ ਹੈ, ਬੇੜੀ ਦਾ ਨਾਮ ਸਲਮਾ ਬੇਗਮ ਆ। ਹਾਂਜੀ ਸਰ, ਇਹ ਪਹਿਲਾਂ ਇਹਨੂੰ ਮਰਜ਼ੀ ਉਲਟੀ ਇੱਕ ਆਈ, ਫਿਰ ਉਸ ਤੋਂ ਬਾਅਦ ਟੱਟੀਆਂ ਆਈਆਂ ਚਾਰ ਪੰਜ, ਅਤੇ ਇਸ ਤੋਂ ਬਾਅਦ ਇਹਦਾ ਕੰਮ ਜ਼ਿਆਦਾ ਡਾਊਨ ਹੋ ਗਿਆ। ਭਾਈ ਪਹਿਲਾਂ ਅਸੀਂ ਉੱਥੇ ਅੰਮ੍ਰਿਤਸਰ ਖੜਿਆ ਸੀ ਕਿ ਉੱਥੇ ਮਤਲਬ ਫਰਕ ਨਹੀਂ ਪਿਆ, ਫਿਰ ਅਸੀਂ ਸਰਕਾਰੀ ਹੋਸਪਿਟਲ ਲੈ ਗਏ, ਉੱਥੇ 8 ਦਿਨ ਰਹੀਏ ਅਤੇ ਉੱਥੇ ਮਾਸਾ ਨਹੀਂ ਫਰਕ ਪਿਆ। ਫਿਰ ਇੱਥੇ ਬਾਬੇ ਨਾਲ ਹੋਸਪਿਟਲ ਲਿਆਂਦਾ, ਫਿਰ ਦੁਬਾਰਾ ਇੱਥੇ ਐਡਮਿਟ ਕਰਾਇਆ ਸੀ। ਉਹ ਭਾਜੀ ਹੋਣਾਂ ਨੇ ਕਰਾਇਆ, ਉਹਨਾਂ ਨੇ ਕਮੇਟੀ ਵਾਲਿਆਂ ਨੇ, ਉਹਨਾਂ ਨੇ ਵਿਚਾਰੇ ਨੇ ਫਿਰ ਇੱਥੇ ਦਿਖਾਇਆ ਦੁਖਿਆ, ਫਿਰ ਇਲਾਜ ਕਰਨਾ ਸ਼ੁਰੂ ਕਰਾਇਆ। ਉੱਥੇ ਇੱਥੇ ਡਾਕਟਰ ਸਾਹਿਬ ਨੂੰ ਗੁਰਵਿੰਦਰ ਪਾਲ ਨੂੰ ਦਿਖਾਇਆ ਸੀ, ਫਿਰ ਉਹਨਾਂ ਨੇ ਇਹਦਾ ਇਲਾਜ ਸ਼ੁਰੂ ਕੀਤਾ, ਫਿਰ ਬਹੁਤ ਜ਼ਿਆਦਾ ਫਰਕ ਪੈ ਗਿਆ। ਬਿਲਕੁਲ ਠੀਕ ਹੈ।